ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪੇਂਡੂ ਕਨੇਡੀਅਨ। ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਸਾਰਿਆਂ ਨੂੰ, ਕਿਉਂਕਿ ਮੈਂ ਆਪਦਾ ਆਪਣੀ ਸ਼ੌਪ ਲਈ ਆ ਅਤੇ ਕੰਮ ਸਟਾਰਟ ਕੀਤਾ। ਟਰੈਕਿੰਗ ਮੈਂ ਛੱਡ ਤੀ ਪਰਮਾਨੈਂਟ ਸਦਾ ਲਈ। ਉਹਦੇ ਲਈ ਵੀ ਦੱਸਦਾ ਰੀਜ਼ਨ ਕਿਉਂ ਆ। ਟਰੈਕਿੰਗ ਆਪਾਂ 6 ਸਾਲ ਕੀਤੀ ਆ ਲਗਾਤਾਰ, ਅਤੇ ਪਿੱਛੇ ਜੇ ਆਪਾਂ ਕੰਮ ਤਾਂ ਕੋਈ ਛੱਡੇ ਨਹੀਂ, ਇੰਸ਼ੋਰੈਂਸ ਦਾ, ਹੋਰ ਸਾਰੇ ਕੰਮ ਕੀਤੇ ਨੇ। ਫਿਰ ਐਂਡ ਆਫ ਦਾ ਡੇ ਆਪਾਂ ਕਿਤਾਬ ਘਰ ਖੋਲਿਆ ਸੀ ਲਾਸਟ ਈਅਰ। ਕਿਤਾਬ ਘਰ ਦੇ ਨਾਲ ਨਾਲ ਹੁਣ ਆਪਾਂ ਆਪਦੀ ਸ਼ੌਪ ਲਈ ਆ ਜੀ, ਵਿੰਡੋ ਟਿੰਟ ਕਰਦੇ ਹਾਂ, ਸਰੈਮਿਕ ਕੋਟਿੰਗ, ਅਤੇ ਇੱਥੇ ਕਾਰਾਂ ਦਾ ਕੰਮ ਕਰਦੇ ਹਾਂ ਬੇਸਿਕਲੀ। 7 ਸਾਲ ਹੋ ਗਏ ਮੈਨੂੰ ਕੈਨੇਡਾ ਆਏ ਨੂੰ, ਸਟੂਡੈਂਟ ਆਇਆ ਸੀਗਾ ਮੈਂ, ਅਤੇ ਹੌਲੀ 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 ਇਸ ਕੰਮ 'ਚ ਗਿਆ। ਮੈਨੂੰ ਸਾਰੇ ਕਹਿੰਦੇ ਸੀ ਵੀ ਆਪਦਾ ਕੰਮ ਕਰ। ਹੌਲੀ ਹੌਲੀ ਮੈਨੂੰ ਇੱਕ ਦੀਪ ਹਜ਼ਾਰਾ ਮੁੰਡਾ ਮਿਲਿਆ। ਤੁਸੀਂ ਬਹੁਤ ਵੀਡੀਓ ਦੇਖੀ ਹੋਣਗੀਆਂ ਦੀਪ ਹਜ਼ਾਰੇ ਨਾਲ, ਆਪਾਂ ਦੱਸਿਆ ਸੀ ਵੀ ਕਿਹੜੇ ਕੰਮ ਤੁਸੀਂ ਕੈਨੇਡਾ ਆ ਕੇ ਸਟਾਰਟ ਕਰੋ, ਸਕਿੱਲ ਹੋਵੇ ਤਾਂ ਵਧੀਆ। ਫਿਰ ਬੇਸਿਕਲੀ ਐਂਡ ਆਫ ਦਾ ਡੇ ਆਪਾਂ 1 ਅਪ੍ਰੈਲ 2024 ਨੂੰ ਆਪਦਾ ਹੀ ਕੰਮ ਸਟਾਰਟ ਕਰ ਲਿਆ। ਤੁਹਾਨੂੰ ਸ਼ੌਪ ਵੀ ਦਿਖਾਉਂਦੇ ਹਾਂ। ਥੈਂਕ ਯੂ ਸਾਰਿਆਂ ਦਾ ਹੁਣ ਤੱਕ ਜਿਹਨਾਂ ਨੇ ਸਪੋਰਟ ਕੀਤੀ। ਟਰੈਕਿੰਗ ਛੱਡਣ ਦਾ ਕਾਰਨ ਇਹ ਸੀਗਾ ਵੀਰੇ, ਵੀ ਬੇਟੀ 3 ਸਾਲਾਂ ਦੀ ਹੋ ਗਈ, ਇੱਕ ਬੇਟਾ ਹੋਇਆ, ਹੈ ਨਾ, ਬੱਚਿਆਂ ਨੂੰ ਛੱਡ ਕੇ ਜਾਣਾ ਥੋੜ੍ਹਾ ਜਿਹਾ ਔਖਾ ਹੋ ਗਿਆ ਸੀਗਾ। ਫਿਰ ਪਿੱਛੇ ਕੋਈ ਨਹੀਂ ਸੀ, ਵਾਈਫ ਨੂੰ 2 ਬੱਚੇ ਸਾਹਮਣੇ ਔਖੇ ਸੀਗੇ, ਹੁਣ ਸ਼ਾਮ ਨੂੰ ਘਰ ਚਲਾ ਜਾਂਦਾ। ਟਰੈਕਿੰਗ ਵਧੀਆ ਕੰਮ ਆ, ਬਹੁਤ ਵਧੀਆ, ਪਰ ਜਦੋਂ ਆਪਾਂ ਲੌਂਗ ਟਰਮ ਚਲੇ ਜਾਂਦੇ ਹਾਂ, ਬੱਚੇ ਹੋ ਜਾਂਦੇ ਨੇ, ਫਿਰ ਥੋੜ੍ਹਾ ਜਿਹਾ ਔਖਾ। ਸਿਟੀ 'ਚ ਕਰਕੇ ਉਨੇ ਪੈਸੇ ਬਣਦੇ ਨਹੀਂ, ਹੈ ਨਾ, ਫਿਰ ਬੰਦਾ ਥੋੜ੍ਹਾ ਜਿਹਾ ਚੀਜ਼ਾਂ ਫਿਰ ਕੰਪਰੋਮਾਈਜ਼ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ। ਫਿਰ ਮੈਂ ਕਿਹਾ ਕਿਉਂ ਨਾ ਜਿੱਥੇ ਮੇਰੀ ਕਿਤਾਬ ਘਰ ਆ ਉੱਥੇ ਮੈਂ ਬਾਈਆਂ ਨਾਲ ਗੱਲ ਕੀਤੀ ਵੀ ਮੈਂ ਵੀ ਇਹ ਕੰਮ ਸਟਾਰਟ ਕੀਤਾ। ਫਿਰ ਸ਼ੌਪ ਓਪਨ ਕੀਤੀ ਅਤੇ ਬਾਈ ਨਾਲ ਆਪਾਂ ਪਾਰਟਨਰਸ਼ਿਪ ਕੀਤੀ, ਅਭੀ ਬਾਈ ਨਾਲ, ਉਹਦੇ ਨੇ ਉਹਨੂੰ ਵੀ ਮਿਲਾਉਂਦੇ ਹਾਂ। ਫਿਰ ਦੋਨੇ ਮੁੰਡਿਆਂ ਨੇ ਮਿਲ ਕੇ ਆਪਾਂ ਕੰਮ ਸਟਾਰਟ ਕੀਤਾ। ਜਿਹੜੇ ਵੀ ਵੀਰ ਕੈਨੇਡਾ ਆਉਂਦੇ ਨੇ, ਕੋਈ ਨਾ ਕੋਈ ਕੰਮ ਸਿੱਖ ਕੇ ਆਓ ਵੀਰੇ। ਹੁਣ ਆਪਾਂ ਨੂੰ 2 ਬੰਦੇ ਚਾਹੀਦੇ ਸ਼ੌਪ 'ਤੇ, ਹੈ ਨਾ, ਆਪਾਂ $16 ਘੰਟੇ ਦਿੰਦੇ ਹਾਂ, ਪਰ ਇੰਨੇ ਬੰਦਿਆਂ ਨੂੰ ਇੰਟਰਵਿਊ 'ਤੇ ਬੁਲਾਇਆ, ਕਿਸੇ ਨੂੰ ਕਾਰ ਟਿੰਟ ਨਹੀਂ ਕਰਨੀ ਆਉਂਦੀ, ਕਿਸੇ ਨੂੰ ਕੋਈ ਕੰਮ ਨਹੀਂ ਆਉਂਦਾ, ਹੈ ਨਾ। ਸੋ ਬੇਸਿਕਲੀ ਕੰਮ ਸਿੱਖ ਕੇ ਆਇਆ ਕਰੋ। ਹੁਣ ਆਪਾਂ ਮੁੰਡੇ ਤਾਂ ਰੱਖ ਲਏ, ਪਰ ਜੇ ਤੁਹਾਡੇ ਕੋਲ ਸਕਿੱਲ ਆ ਤੁਸੀਂ ਭੁੱਖੇ ਨਹੀਂ ਮਰਦੇ। ਮੈਂ ਅਕਸਰ ਕਹਿਣਾ ਹੁੰਦਾ ਜੇ ਵੀਜ਼ਾ ਆ ਗਿਆ 3-4 ਮਹੀਨੇ, ਕੋਈ ਕਾਰਾਂ ਦਾ ਕੰਮ ਸਿੱਖ ਲਓ, ਕੋਈ ਮਕੈਨਿਕ ਦਾ ਕੰਮ ਸਿੱਖ ਲਓ, ਕੋਈ ਵਿੰਡੋ ਟਿੰਟ ਦਾ, ਕੋਈ ਸਕਰੈਚ ਰਿਮੂਵਿੰਗ। ਵਿੰਡੋ ਟਿੰਟ ਇੰਡੀਆ 'ਚ ਬੈਨ ਆ, ਕੰਮ ਨਹੀਂ ਸਿਖਾਉਂਦੇ, ਪਰ ਕਾਰਾਂ ਦੇ ਰਿਗਾਰਡਿੰਗ ਹੋਰ ਬਹੁਤ ਕੰਮ ਆ। ਮਕੈਨਿਕੀ ਦਾ ਕੰਮ ਸਿੱਖ ਲਓ, ਕਿਤੇ ਨਹੀਂ ਭੁੱਖੇ ਮਰਨਾ ਤੁਸੀਂ। ਚਲੋ ਜੀ, ਆਪਾਂ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਆਪਣੀ ਸ਼ੌਪ ਦੇ। ਚਲੋ ਇੱਧਰ ਆ ਜਾਓ ਭਾਜੀ, ਸੋ ਖੜ੍ਹੇ ਹੋ ਜਾਓ ਜੀ ਗਿੰਨੂ ਜੀ। ਸੋ ਇਹਨਾਂ ਬਾਈਆਂ ਦੀ ਸ਼ੌਪ ਹੈਗੀ ਆ ਇਹ, ਜਿਹੜਾ ਦੀਪ ਹਜ਼ਾਰਾ ਮੁੰਡਾ, ਜਿਹਨਾਂ ਨੇ ਆਪਾਂ ਵੀਡੀਓ ਬਣਾਈ ਆ ਬਹੁਤ ਟਾਈਮ ਪਹਿਲਾਂ, 3-4 ਸਾਲ ਲਗਾਤਾਰ। ਉਹਨੇ ਮੈਨੂੰ ਬਹੁਤ ਟਾਈਮ ਕਿਹਾ ਸੀ ਵੀ ਟਰੈਕਿੰਗ ਛੱਡ ਕੇ ਤੂੰ ਕੰਮ ਕਰ ਲਾ। ਫਿਰ ਮੈਂ ਕਿਹਾ ਜੀ ਟਰੱਕ ਹੀ ਚਲਾਉਣਾ ਮੇਰਾ ਸ਼ੌਂਕ ਆ ਨਾ, ਅਤੇ ਇਹ ਬਾਈ ਉਹਦਾ ਆਪਣਾ ਭਰਾ, ਅਤੇ ਇਹਨਾਂ ਦਾ ਕੰਮ ਹੈਗਾ ਇੱਥੇ ਕਾਰ ਮੈਟ ਬਣਾਉਂਦੇ ਨੇ, ਜਿੱਦਾਂ ਜੇ ਕਿਸੇ ਨੂੰ ਮੈਟ ਚਾਹੀਦੇ ਨੇ, ਅਤੇ ਸੀਟ ਕਵਰ ਇੱਥੇ ਹੀ ਨਾਲ ਸ਼ੌਪ ਇਹਨਾਂ ਦੀ ਪਰਲੇ ਪਾਸੇ। ਇਹਨਾਂ ਦੀ ਵਾਈਫ ਜੇ ਕਾਰ ਇੰਸ਼ੋਰੈਂਸ ਦਾ ਕੰਮ ਵੀ ਕਰਦੀ, ਜਿਹਨਾਂ ਨੇ ਇੰਸ਼ੋਰੈਂਸ ਕਰਾਉਣੀ ਆ। ਸੋ ਇਹ ਹੈਗੇ ਜੀ ਆਪਣੀ ਸ਼ੌਪ, ਆ ਜਾਓ ਆਪਾਂ ਅੰਦਰ ਚੱਲੀਏ ਜੀ, ਬੈਠੋ ਜੀ। ਸੋ ਐਡਰੈਸ ਨੋਟ ਕਰ ਲਿਓ, 10 ਬ੍ਰਹਮਹਸਟ ਐਵੇਨਿਊ, ਯੂਨਿਟ 11, ਇਹ ਆਪਣੀ ਸ਼ੌਪ ਆ ਟੋਰਬਨਮ ਸਟੀਲ 'ਤੇ। ਆ ਜਾਓ ਜੀ। ਸੋ ਇੱਥੋਂ ਸ਼ੁਰੂ ਹੁੰਦੀ ਹੈ ਜੀ, ਜੇ ਆਪਾਂ ਤੁਸੀਂ ਕਾਰ ਅਸੈਸਰੀ ਲੈਣੀ ਆ ਕੋਈ ਵੀ, ਸੋ ਇਹ ਕੋਈ ਪ੍ਰਮੋਸ਼ਨ ਨਹੀਂ, ਇਹ ਆਪਣਾ ਕੰਮ ਹੈ। ਸੋ ਬਾਈ ਕਹਿੰਦੇ ਕਿਤੇ ਪ੍ਰਮੋਸ਼ਨ ਨਾ ਕਰਦਾ। ਸੋ ਤੁਸੀਂ ਪਹੁੰਚੋਗੇ, ਆਪਾਂ 7 ਦਿਨ ਇੱਥੇ ਹੁੰਦੇ ਹਾਂ, ਸ਼ੌਪ ਆਪਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹੀ ਹੁੰਦੀ ਹੈ। ਇੱਥੇ ਆਪਾਂ ਕਾਰ ਅਸੈਸਰੀ ਤੋਂ ਲੈ ਕੇ, ਕਿਸੇ ਨੇ ਗੱਡੀ 'ਚ ਪਰਫਿਊਮ, ਕੈਮਰਾ ਇੰਸਟਾਲ ਕਰਾਉਣਾ, ਉਹ ਵੀ ਆਪਾਂ ਕਰਦੇ ਹਾਂ। ਇਹ ਆਪਣਾ ਡੈਸਕ ਜੀ, ਇੱਧਰ ਹੈਗੀ ਹੈ ਜੀ ਆਪਣੀ ਕਿਤਾਬਾਂ ਦੀ, ਕਿਤਾਬਾਂ ਦਾ ਕੰਮ ਬਹੁਤ ਸੋਹਣਾ। ਅਤੇ ਆਪਾਂ ਨੈਕਸਟ ਮੰਥ ਆ ਰਹੇ ਹਾਂ ਸਰੀ ਦੇ ਵਿੱਚ, ਸਰੀ ਦੇ ਵਿੱਚ ਸੇਮ ਕਨਸੈਪਟ ਲੈ ਕੇ ਆਵਾਂਗੇ, ਕਿਤਾਬਾਂ ਦੇ ਨਾਲ ਕਾਰਾਂ ਦਾ ਕੰਮ। ਇਹ ਆਪਣਾ ਹੈਗਾ ਕਿਤਾਬਾਂ ਦਾ ਕੰਮ, ਅਤੇ ਤੁਸੀਂ ਬਹੁਤ, ਆਪਾਂ ਦੂਜੀ ਲੋਕੇਸ਼ਨ ਓਪਨ ਕਰਨ ਦੀ ਸੋਚੀ, ਅਤੇ ਮਾਨਸਾ ਵੀ ਆਪਾਂ ਜਲਦ ਆ ਰਹੇ ਹਾਂ, ਮਾਨਸਾ ਦੇ ਵਿੱਚ ਲੋਕੇਸ਼ਨ ਓਪਨ ਕਰ ਰਹੇ ਹਾਂ। ਇੰਨਾ ਪਿਆਰ ਦਿੱਤਾ ਕਿ ਆਪਾਂ ਦੂਜੀ ਲੋਕੇਸ਼ਨ ਲੈ ਕੇ ਆ ਰਹੇ ਹਾਂ ਸਰੀ ਦੇ ਵਿੱਚ। ਸੋ ਉੱਥੇ ਵੀ ਆਪਾਂ ਨੂੰ ਮੁੰਡੇ ਚਾਹੀਦੇ ਹੋਣਗੇ, ਅਤੇ ਪਰ ਫਿਲਹਾਲ ਹਜੇ ਕਿਤਾਬਾਂ ਦੇ ਹੀ ਆ। ਉੱਥੇ ਸਾਡੇ ਅਭੀ ਬਾਈ ਜੀ ਨੂੰ ਪੁੱਛਾਂਗੇ ਕਦੋਂ ਅਸੀਂ ਲਿਜਾ ਸਕਦੇ ਹਾਂ। ਸੋ ਇਹ ਹੈਗੇ ਨੇ ਆਪਣੇ ਜੀ ਪਾਰਟਨਰ, ਲਾਈਫ ਪਾਰਟਨਰ ਨਹੀਂ, ਬਿਜ਼ਨਸ ਪਾਰਟਨਰ। ਸੋ ਅਭੀ ਬਾਈ ਹੈ ਜੀ, ਅਤੇ ਬਹੁਤ ਵੀਰ, ਬਹੁਤ ਵਧੀਆ, ਮੈਨੂੰ ਇਹਨੇ ਪਹਿਲਾਂ ਵੀ ਕਿਹਾ ਸੀ ਤੂੰ ਆ ਜਾ, ਪਰ ਫਿਲਹਾਲ ਮੈਂ ਲੇਟ ਹੋ ਗਿਆ।
ਸੋ ਇਹ ਬਾਈ ਜੀ ਆਪਣੇ ਨਾਲ ਹੁੰਦੇ ਨੇ ਇੱਥੇ ਸਾਰਾ ਕੰਮ ਕਰਦੇ ਨੇ। ਤੁਸੀਂ ਬਾਈ ਸਟੂਡੈਂਟ ਆਏ ਸੀਗੇ? ਹਾਂਜੀ ਹਾਂਜੀ ਵੀਰੇ, ਸਟੂਡੈਂਟ ਆਏ ਸੀ। ਤੇ ਤੁਸੀਂ ਇਹ ਕੰਮ ਕਿਉਂ ਸ਼ੁਰੂ ਕੀਤਾ ਜੀ? ਮੈਂ ਉਦਾਂ ਹੀ ਵੀਰੇ ਜੋਬ ਦਾ ਮਨ ਹੀ ਨਹੀਂ ਸੀਗਾ ਸ਼ੁਰੂ ਤੋਂ ਸੋਚਿਆ। ਓਕੇ ਓਕੇ। ਤੇ ਬਾਈ ਦਾ ਇੰਡੀਆ ਤੋਂ ਤੁਸੀਂ ਕਿੱਥੋਂ? ਇੰਡੀਆ ਤੋਂ ਹਰਿਆਣਾ ਰਤੀਆ ਆਪਣਾ। ਅੱਛਾ, ਰਤੀਏ ਦਾ, ਰਤੀਆ, ਠੀਕ ਆ। ਮਾਨਸਾ ਦੇ ਕੋਲ ਆਪਣੇ ਏਰੀਏ ਦਾ ਮੁੰਡਾ ਤੇ ਆਪਣੇ ਨਾਲ ਹੁੰਦੇ ਨੇ ਜੀ। ਤੇ ਥੈਂਕ ਯੂ ਬਾਈ ਦਾ ਸਾਨੂੰ ਇਨਵਾਈਟ ਕਰਨ ਦੇ ਲਈ। ਥੈਂਕ ਯੂ ਜੀ। ਆਪਣੀ ਮੰਗਰ ਸ਼ੋਪ ਦਿਖਾਉਣਾ ਸਾਨੂੰ। ਸੋ ਹੈਗੀ ਜੀ ਐਕਟਿਵ ਟਿੰਟ ਐਂਡ ਕਸਟਮ ਨਾਂ 'ਤੇ। ਇੱਥੇ ਆਪਾਂ ਕਾਰਾਂ ਦਾ ਵਿੰਡੋ ਟਿੰਟ ਤੋਂ ਲੈ ਕੇ ਸਰੈਮਿਕ ਕੋਟਿੰਗ, ਸਕਰੈਚ ਰਿਮੂਵ, ਕੈਮਰਾ ਇੰਸਟਾਲ, ਏ ਆਈ ਬਾਕਸ ਬੇਸਿਕਲੀ ਮੈਂ ਤੁਹਾਨੂੰ ਦਿਖਾਉਣਾ। ਉਹਦੇ ਵਿੱਚ ਜੇ ਆਪਾਂ ਲਾਉਂਦੇ ਹਾਂ ਕਾਰ ਦੇ ਵਿੱਚ, ਜੇ ਆਪਾਂ ਜਿੱਦਾਂ ਸਿਕਿਉਰਿਟੀ ਜੋਬ ਕਰਦੇ ਹਾਂ ਜਾਂ ਬੈਠੇ ਹੁੰਦੇ ਹਾਂ ਨਾ, ਤਾਂ ਆਪਾਂ ਫਿਲਮਾਂ ਵਗੈਰਾ, ਨੈੱਟਫਲਿਕਸ, ਸਾਰਾ ਕੁਝ ਚੱਲਦਾ, ਜਿਵੇਂ ਐਪਲ, ਜਿਵੇਂ ਆਪਣਾ ਫੋਨ ਹੀ ਬਣ ਜਾਂਦਾ ਟੋਟਲੀ। ਸੋ ਆ ਜਾਓ ਜੀ ਮਹਾਰਾਜ। ਸੋ ਪਹਿਲਾਂ ਆਪਾਂ ਇੱਧਰ ਦਰਸ਼ਨ ਕਰਾਉਂਦੇ ਹਾਂ ਜੀ। ਇੱਥੇ ਤੱਕ ਜੀ ਹੈਗਾ ਆਪਣਾ। ਅਤੇ ਸਟਿੱਕਰਾਂ ਦਾ ਕੰਮ ਆਪਾਂ ਜਲਦੀ ਸਟਾਰਟ ਕਰਾਂਗੇ। ਸਟਿੱਕਰ ਵੀ ਲਾਉਣੇ ਸ਼ੁਰੂ ਕਰਾਂਗੇ ਅਤੇ ਇੱਥੇ ਕੰਮ ਦੀ ਡਿਮਾਂਡ ਬਹੁਤ ਜ਼ਿਆਦਾ ਆ। ਇੱਧਰ ਆਪਣਾ ਹੈਗੀ ਸ਼ੋਪ ਜੀ ਕਾਫੀ ਲੰਮੀ ਆ, ਆਪਾਂ ਖੜ੍ਹ ਜਾ ਇੱਥੇ ਰੋਜ਼ ਦਿਖਾਉਂਦੇ ਹਾਂ, ਹਟ ਜਾ। ਸੋ ਇਹ ਹੈਗਾ ਜੀ ਕਾਰ ਏ ਆਈ ਬਾਕਸ। ਇਹ ਬੇਸਿਕਲੀ ਕਾਰ ਦੇ ਵਿੱਚ ਲੱਗ ਜਾਂਦਾ ਛੋਟਾ ਜਿਹਾ ਗੈਜਟ ਆ। ਜਿੱਦਾਂ ਤੁਸੀਂ ਬੋਰ ਹੁੰਦੇ ਹੋ ਕਾਰ 'ਚ ਬੈਠੇ, ਸਿਕਿਉਰਿਟੀ ਜੋਬ ਕਰਦੇ ਬੇਸਿਕਲੀ, ਕਾਰ ਡਰਾਈਵ ਵੇਲੇ ਮੈਂ ਕਹੂੰ ਸੇਫ ਨਹੀਂ ਬੈਠਦੇ, ਬੈਠ ਕੇ ਤੁਸੀਂ ਦੇਖ ਸਕਦੇ ਹੋ ਇਹਦੇ 'ਚ। ਲਓ ਜੀ। ਸੋ ਐਡਾ ਕਾ ਜੀ ਸੰਦ ਜਿਹਾ, ਇਹ ਬਸ ਇਹ ਕਾਰ ਦੇ ਨਾਲ ਅਟੈਚ ਹੋ ਜਾਂਦਾ, ਠੀਕ ਆ ਜੀ। ਅਤੇ ਇੱਕ ਤਰ੍ਹਾਂ ਦਾ ਸਾਰਾ ਕੁਛ ਗੂਗਲ ਕਰੋਮ, ਸਾਰਾ ਕੁਛ ਮਤਲਬ ਤੁਹਾਡਾ ਫੋਨ ਹੀ ਬਣ ਜਾਂਦਾ ਕਾਰ ਦੇ ਵਿੱਚ। ਕਾਰ ਦੇ ਵਿੱਚ ਲੱਗਿਆ ਮੈਂ ਵੀਡੀਓ ਪਾ ਦਿੰਦਾ, ਗਾਣੇ ਸੁਣਨੇ, ਸਾਰਾ ਕੁਛ। ਅਤੇ ਇਹ ਆਪਣਾ ਕੰਮ ਆ ਜੀ। ਕਿਸੇ ਨੇ ਵੀ ਵਿੰਡੋ ਟਿੰਟ ਕਰਾਉਣੀ ਹੋਵੇ, ਹੋਰ ਕੁਛ ਵੀ ਕਰਾਉਣਾ ਹੋਵੇ, ਡੀਲਾਂ ਲਾਈਆਂ ਹੋਈਆਂ ਨੇ ਆਪਾਂ, ਜੇ ਤੁਸੀਂ ਵਿੰਡੋ ਟਿੰਟ ਕਰਾਉਣੇ ਨਾਲ ਕੈਮਰਾ ਇੰਸਟਾਲ ਕਰਾਉਣੇ ਆਪਾਂ, ਦੋਨੇ ਹੀ 320 ਦੇ। ਅਤੇ ਆਹ ਵੀ ਇੱਕ ਆਪਾਂ ਡੀਲ ਲਾਈਏ, ਜੇ ਕਾਰਾਂ ਦੀ ਡਿਟੇਲਿੰਗ ਕਰਾਉਣੀ ਹੈ ਕਿਸੇ ਨੇ ਅਤੇ ਵਿੰਡੋ ਟਿੰਟ ਕਰਾਉਣੀ ਆ ਅਤੇ ਕੋਈ ਵੀ ਅਸੈਸਰੀ ਲੈਣੀ ਆ, $20 ਦੀ ਆਪਾਂ ਲਾਇਆ ਹੋਇਆ ਜੀ 249 ਦੇ ਵਿੱਚ। ਇਹ ਆਪਣੇ ਜੋਬਨ ਵੀਰ ਇੱਥੇ ਬਾਈ ਆਪਣੇ ਵਿੰਡੋ ਟਿੰਟ ਕਰਦੇ ਨੇ। ਤੁਸੀਂ ਕੰਮ ਇੱਥੇ ਆ ਕੇ ਸਿੱਖਿਆ ਜੀ ਕਿ ਪਹਿਲਾਂ ਦੇ ਜਾਣਦੇ ਹੋ? ਪਹਿਲਾਂ ਹੀ ਜਾਣਦਾ ਸੀ ਬਾਈ। ਸਟੂਡੈਂਟ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇੱਥੇ ਆ ਕੇ ਸਿਰਫ ਵੇਅਰ ਹਾਊਸ 'ਚ ਜੋਬ ਕਰਦੇ ਨੇ, ਵੀ ਕੰਮ ਕੁੰਮ ਸਿੱਖਣਾ ਚਾਹੀਦਾ ਇੰਡੀਆ ਤੋਂ? ਕੰਮ ਸਿੱਖ ਕੇ ਆਉਣਾ ਚਾਹੀਦਾ ਸਕਿੱਲ ਵਾਈਜ਼, ਉਸ ਤੋਂ ਬਗੈਰ ਬਹੁਤ ਔਖਾ ਇੱਥੇ ਕੰਮ ਦਾ ਭਾਈ, ਤੁਹਾਨੂੰ ਪਤਾ ਹੀ ਹੈ। ਬਹੁਤ ਔਖਾ ਜੀ, ਬਹੁਤ ਔਖਾ। ਹੁਣ ਤੁਸੀਂ ਤੁਹਾਨੂੰ ਆਉਂਦਾ ਹੋਣਾ ਵਿੰਡੋ ਟਿੰਟ ਵਧੀਆ ਕਰ ਰਹੇ ਹੋ। ਸੋ ਬੇਸਿਕਲੀ ਮੈਂ ਕਹਿਣਾ ਹੀ ਹੁੰਦਾ, ਬਹੁਤ ਟਾਈਮ ਦਾ ਅਜੋ ਹੁਣ ਆਪਾਂ ਦਿਖਾਈ ਆ ਜਾਓ ਜੀ। ਸਾਰਿਆਂ ਨੇ ਸਪੋਰਟ ਕਰਨੀ ਆ, ਹੁਣ ਆਪਾਂ ਆਪਦਾ ਕੰਮ ਸਟਾਰਟ ਕੀਤਾ। ਜਿਹੜੇ ਵੀ ਵੀਰ ਸਟੂਡੈਂਟ ਨੇ, ਹੋਰ ਨੇ, ਕਾਰਾਂ ਲੈਂਦੇ ਆ ਹੈ ਨਾ, ਕਾਰਾਂ ਦੇ ਰਿਗਾਰਡਿੰਗ ਕੋਈ ਵੀ ਕੰਮ, ਇਹ ਹੈਗਾ ਜੀ ਕਾਰ ਮੈਟ ਦਾ ਕੰਮ, ਜਿੱਦਾਂ ਐਜ ਟੂ ਐਜ ਕਵਰ ਕਰਦੇ ਆ। ਦੀਪ ਹਜ਼ਾਰੇ ਬਾਈ ਦਾ ਕੰਮ, ਉਹ ਵੀ ਆਪਾਂ ਨੂੰ ਇੱਦਾਂ ਹੀ ਮਿਲਿਆ ਸੀ ਰਤੀਏ ਦਾ ਬਾਈ ਹੈ ਨਾ, ਅਤੇ ਇੱਦਾਂ ਹੀ ਇੱਕ ਦੂਜੇ ਦੀ ਸਪੋਰਟ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਹਾਂ। ਅਤੇ ਵੈਰੀ ਬਹੁਤ ਬਹੁਤ ਸ਼ੁਕਰੀਆ। ਅਤੇ ਆ ਜਾਓ ਜੀ ਇੱਧਰ ਦਿਖਾਈਏ ਹੁਣ ਤੁਹਾਨੂੰ, ਬਸ ਬਣੀ ਜਾਂਦੀ ਆ। ਸੋ ਇੱਥੇ ਉਹਨਾਂ ਦੀ ਵਾਈਫ ਬਹਿੰਦੇ ਆ ਜਿਹੜੇ ਕਾਰ ਇੰਸ਼ੋਰੈਂਸ ਕਰਦੇ ਆ। ਸੋ ਬਸ ਇਹ ਬੇਨਤੀ ਸੀ ਕਿ ਆਪਦਾ ਕੋਈ ਨਾ ਕੋਈ ਕੰਮ ਸਿੱਖ ਕੇ ਆਓ ਅਤੇ ਟਰੈਕਿੰਗ ਤੁਹਾਡਾ ਸ਼ੌਂਕ ਆ ਕਰੋ ਵਧੀਆ। ਪਰ ਲੌਂਗ ਟਰਮ 5-6 ਸਾਲਾਂ ਬਾਅਦ ਟਰੈਕਿੰਗ ਔਖੀ ਹੋ ਜਾਂਦੀ ਆ। ਹੁਣ ਤੁਹਾਨੂੰ ਟਰੱਕ ਬਲੌਗ ਨਹੀਂ ਦੇਖਣ ਮਿਲਣੇ, ਰੀਅਲੀ ਸੌਰੀ। ਟਰੱਕ ਬਲੌਗ ਆਪਾਂ ਸ਼ੁਰੂ ਕੀਤੇ ਸੀ ਇਸ ਚੈਨਲ 'ਤੇ ਯੂਟਿਊਬ 'ਤੇ, ਪਰ ਹੁਣ ਆਪਦੇ ਦੇਖ ਕੇ ਸਾਰਾ ਕੰਮ ਕਰ ਤਾਂ ਹੀ ਦੇਖਿਆ ਵੀ ਬੱਚੇ ਵੱਡੇ ਹੁੰਦੇ ਨੇ ਘਰੋਂ, 5-5 ਦਿਨ ਬਾਹਰ ਰਹਿਣਾ ਯਾਰ, ਬੱਚੇ ਥੋੜ੍ਹਾ ਜਿਹਾ ਪਿੱਛੇ ਹੈ ਨਾ ਯਾਦ ਕਰਦੇ ਆ। ਪਹਿਲਾਂ ਚੱਲੀ ਜਾਂਦਾ, ਸਿੰਗਲ ਹੁੰਦੇ ਹੋ ਤੁਸੀਂ, ਦੱਬ ਕੇ ਚਲਾਓ ਟਰੱਕ, ਬਹੁਤ ਵਧੀਆ ਪੈਸੇ ਬਣਦੇ ਆ। ਪਰ ਇੱਕ ਟਾਈਮ 'ਤੇ ਆ ਕੇ ਤੁਹਾਨੂੰ ਇਹ ਫੀਲ ਹੋਣ ਲੱਗ ਜਾਂਦਾ ਵੀ ਬੱਚੇ ਵੱਡੇ ਹੋਈ ਜਾਂਦੇ ਨੇ ਅਤੇ ਯਾਰ ਬੱਚੇ ਪਿੱਛੋਂ ਮੇਰੀ ਬੇਟੀ ਬਿਮਾਰ ਹੋਣ ਲੱਗ ਗਈ ਸੀ, ਉਹ ਮੇਰਾ ਬਹੁਤ ਕਰਦੀ ਆ। ਸੋ ਫਿਰ ਆਪਾਂ ਇਹੀ ਕੰਮ ਸਟਾਰਟ ਕੀਤਾ, ਆਪਣੇ ਘਰ ਤੋਂ 10-12 ਕਿਲੋਮੀਟਰ 'ਤੇ ਹੀ ਇਹ, ਅਤੇ ਅਗਲੇ ਮੰਥ ਸਰੀ ਦੇ ਵਿੱਚ ਕਿਤਾਬਾਂ ਅਤੇ ਬਾਕੀ ਆਪਾਂ ਹੌਲੀ ਹੌਲੀ ਵਿੰਡੋ ਦਾ ਵੀ ਆਪਾਂ ਟਿੰਟ ਦਾ ਵੀ ਲੈ ਕੇ ਆਵਾਂਗੇ। ਸੋ ਆਹੀ ਸੀ ਵੀਡੀਓ, ਥੈਂਕ ਯੂ ਤੁਸੀਂ ਸਪੋਰਟ ਕੀਤੀ ਅਤੇ ਪਹੁੰਚਿਓ ਫਿਰ ਜ਼ਰੂਰ ਆਇਓ, ਮਿਲਣ ਆ ਜਾਓ ਬੇਸ਼ੱਕ। ਵੈਸੇ ਆਪਾਂ 7 ਦਿਨ ਇੱਥੇ ਹੁੰਦੇ ਹਾਂ, ਕੋਈ ਤੁਹਾਨੂੰ ਹੋਰ ਲੋੜ ਆ ਕੋਈ ਐਨੀ ਟਾਈਮ ਵਿਜਿਟ ਕਰ ਸਕਦੇ ਹੋ ਜੀ, ਐਡਰੈਸ ਥੱਲੇ ਆ ਰਿਹਾ। ਥੈਂਕ ਯੂ ਸੋ ਮੱਚ।